ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਅਤੇ ਲਿਫਟਿੰਗ ਨਾ ਹੋਣ ਕਾਰਨ ਅੱਕੇ ਹੋਏ ਕਿਸਾਨਾਂ ਨੇ ਕੀਤਾ ਹਾਈਵੇ ਜਾਮ। ਫਿਲੌਰ ਅੱਜ ਫਿਲੌਰ ਇਲਾਕੇ ਦੇ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਅਤੇ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਫਿਲੌਰ ਵਿਖੇ ਹਾਈਵੇ ਤੇ ਜਾਮ ਲਗਾ ਦਿੱਤਾ, ਜਿਸ ਕਾਰਨ ਬੱਸਾਂ ਟਰੱਕਾਂ ਕਾਰਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਇਹ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਜਰਨੈਲ ਸਿੰਘ ਮੋਤੀਪੁਰ, ਕਮਲਜੀਤ ਸਿੰਘ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਕਿਸਾਨ ਮੰਡੀਆਂ ਵਿੱਚ ਝੋਨੇ ਲੈ ਕੇ ਬੈਠੇ ਹਨ। ਉਕਤ ਆਗੂਆਂ ਨੇ ਕਿਹਾ ਕਿ ਜੇਕਰ ਕਿਸਾਨਾਂ ਦਾ ਮਸਲਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਕਿਸਾਨ ਅਣਮਿੱਥੇ ਸਮੇਂ ਲਈ ਹਾਈਵੇ ਜਾਮ ਕਰਨਗੇ। ਇਹ ਵੀ ਦੱਸਿਆ ਕਿ ਇਸ ਮਸਲੇ ਸੰਬੰਧੀ ਡੀਸੀ ਜਲੰਧਰ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਚੁੱਕੇ ਹਾਂ, ਪਰ ਸਾਡੀ ਕੋਈ ਵੀ ਗੱਲ ਨਹੀਂ ਮੰਨੀ ਗਈ। ਟ੍ਰੈਫਿਕ ਜਾਮ ਲੱਗਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋਈ। ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਕਰ ਰਿਹਾ ਕਿ ਕਿਸਾਨ ਨੂੰ ਕੋਈ ਕੱਟ ਨਾ ਲੱਗੇ, ਨਹੀਂ ਤੇ ਕਿਸ ਆੜਤੀਏ ਨੂੰ ਕੀ ਹੈ, ਆੜਤੀਏ ਨੂੰ ਕੀ ਹੈ? ਆੜਤੀਏ ਨੇ ਆਪਣਾ ਮਾਲ ਤੋਲ ਕੇ ਜੋ ਉਹਦਾ ਭਾਅ ਲੱਗਣਾ ਉਹਨੂੰ ਪੈਸੇ ਦੇ ਦੇਣੇ ਆ, ਲੇਕਿਨ ਆੜਤੀਆ ਨਹੀਂ ਚਾਹੁੰਦਾ ਕਿ ਕਿਸਾਨ ਨੂੰ 1 ਰੁਪਏ ਦਾ ਵੀ ਕੱਟ ਲੱਗੇ। ਔਰ ਮੈਂ ਸਾਰੇ ਕਿਸਾਨਾਂ ਨੂੰ ਕਰ ਰਿਹਾ ਕਿ ਕਿਸਾਨ ਨੂੰ ਕੋਈ ਕੱਟ ਨਾ ਲੱਗੇ, ਨਹੀਂ ਤੇ ਕਿਸ ਆੜਤੀਏ ਨੂੰ ਕੀ ਹੈ, ਆੜਤੀਏ ਨੂੰ ਕੀ ਹੈ? ਆੜਤੀਏ ਨੇ ਆਪਣਾ ਮਾਲ ਤੋਲ ਕੇ ਜੋ ਉਹਦਾ ਭਾਅ ਲੱਗਣਾ ਉਹਨੂੰ ਪੈਸੇ ਦੇ ਦੇਣੇ ਆ, ਲੇਕਿਨ ਆੜਤੀਆ ਨਹੀਂ ਚਾਹੁੰਦਾ ਕਿ ਕਿਸਾਨ ਨੂੰ 1 ਰੁਪਏ ਦਾ ਵੀ ਕੱਟ ਲੱਗੇ। ਔਰ ਮੈਂ ਸਾਰੇ ਕਿਸਾਨਾਂ ਨੂੰ ਜਾਮ ਹੋਵੇ। ਮਰਾਂ ਦੀ ਨੀਤੀ ਨਾ ਪਾਏ ਆ, ਇੱਦਾਂ ਹੀ ਜਾਣਾ ਆ।
ਭਾਵੇਂ ਜੋ ਮਰਜ਼ੀ ਕਰਨਾ ਪਵੇ ਕਰਨਾ ਆ। 17 ਦਿਨ ਅਸੀਂ ਚੁੱਪ ਕਰਕੇ ਬੈਠੇ ਆ, ਅੱਜ ਇੱਥੇ ਆਉਂਦੇ ਆ ਜੀ ਦਿੱਲੀ ਏਅਰਪੋਰਟ ਜਾਣਾ। ਓਏ ਅਸੀਂ ਵੀ 17 ਦਿਨ ਤੋਂ ਬੈਠੇ, ਅਸੀਂ ਵੀ ਕਿੱਥੇ ਜਾਣਾ, ਅਸੀਂ ਵੀ ਬੱਜ ਕੇ ਬੈਠੇ ਇੱਥੇ, ਅਸੀਂ ਵੀ ਆਪਣੇ ਨਿਆਣਿਆਂ ਦਾ ਕੋਈ ਵਿਆਹ ਕਰਨਾ, ਅਸੀਂ ਵੀ ਕੋਈ ਅਖੰਡ ਪਾਠ ਕਰਾਉਣਾ, ਅਸੀਂ ਵੀ ਕਿਤੇ ਦਿੱਲੀ ਜਾਣਾ, ਅਸੀਂ ਵੀ ਕਿਸੇ ਆਪਣੇ ਰਸਤੇ ਤੇ ਜਾਣਾ। ਤੇ ਸਾਨੂੰ ਸੁੱਖਿਆ ਵੀ ਅਸੀਂ ਮੰਡੀਆਂ 'ਚ ਰੁੜੀਏ, ਜਦ ਅਸੀਂ ਰੁੜਨਾ ਜਿਹੜਾ ਮਰਜ਼ੀ ਰੁੜੇ ਸਾਨੂੰ ਕੋਈ ਮਤਲਬ ਨਹੀਂ। ਇਸ ਕਰਕੇ ਸਵੇਰ ਤੱਕ ਦਾ ਫਿਰ ਸਮਾਂ ਪ੍ਰਸ਼ਾਸਨ ਨੂੰ ਦਿੰਦੇ ਅਸੀਂ, ਨਹੀਂ ਤਾਂ ਸਵੇਰੇ ਮੈਂ ਜੋ ਗੱਲ ਕਹੀ ਗੱਲ ਤਾਂ ਨਹੀਂ ਕਹਿੰਦਾ ਜੀ, ਡੇਲ ਵੀ ਪਟੜੀ ਜਾਮ ਕਰਾਂਗੇ। ਅੱਜ ਅਸੀਂ ਸਾਰੇ ਹਲਕਾ ਫਲੌਰ ਦੇ ਇਲਾਕੇ ਦੇ ਨੂਰਮਹਿਲ ਫਲੌਰ ਦੇ ਜਿੰਨੇ ਆਸ ਪਾਸ ਦੇ ਪਿੰਡਾਂ ਦੇ ਕਿਸਾਨ ਇੱਥੇ ਸੜਕ ਦੇ ਉੱਤੇ ਇਕੱਠੇ ਹੋਏ ਆ। ਸਰਕਾਰ ਨੇ 1 ਤਰੀਕ ਤੋਂ ਝੋਨੇ ਦੀ ਖਰੀਦ ਸਰਕਾਰੀ ਤੌਰ ਤੇ ਸ਼ੁਰੂ ਕੀਤੀ ਆ ਫਾਰਮੈਲਿਟੀ ਕਰਨ ਵਾਸਤੇ, ਪਰ ਅੱਜ 17 ਤਰੀਕ ਹੋ ਗਈ ਆ, ਮੰਡੀ ਦੇ ਵਿੱਚ ਇੱਕ ਵੀ ਦਾਣਾ ਝੋਨੇ ਦਾ ਨਹੀਂ ਚੱਕਿਆ ਗਿਆ ਹੈਗਾ। ਮੰਡੀਆਂ ਝੋਨੇ ਨਾਲ ਭਰ ਗਈਆਂ, ਬੋਰੀਆਂ ਭਰ ਕੇ ਉੱਤੇ ਰੱਖੀਆਂ। ਕੱਲ ਆੜ੍ਹਤੀਆਂ ਨੇ ਮੰਡੀਆਂ ਦੇ ਗੇਟ ਬੰਦ ਕਰ ਦਿੱਤੇ, ਕਹਿੰਦੇ ਕਿਸਾਨਾਂ ਦੀ ਕੋਈ ਵੀ ਟਰਾਲੀ ਅੰਦਰ ਨਹੀਂ ਆਉਣ ਦੇਣੀ, ਕਿਉਂਕਿ ਮੰਡੀਆਂ ਦੇ ਵਿੱਚ ਜਗ੍ਹਾ ਨਹੀਂ ਹੈ ਖਾਲੀ। ਅੱਜ ਆੜ੍ਹਤੀ ਦੁਖੀ ਹੋ ਗਿਆ, ਕਿਸਾਨ ਸਾਰੇ ਦੁਖੀ ਹੋ ਗਏ। ਝੋਨਾ ਸਾਡਾ ਪੱਕਿਆ ਖੜਾ ਹੈ ਜੀ, ਮੌਚਰ 10-11 ਆ ਰਿਹਾ, ਜਦਕਿ ਸਰਕਾਰ ਦੀ ਮੌਚਰ ਦੀ ਸ਼ਰਤ ਹੈ ਕਿ 17%, 10-11-12 ਆ ਰਿਹਾ ਆ। ਉਹਦੇ ਵਿੱਚ ਮੌਸਮ ਖੁਸ਼ਕ ਹੋਣਾ ਸਾਨੂੰ ਕਿਸਾਨ ਨੂੰ 5 ਤੋਂ 7 ਹਜ਼ਾਰ ਦਾ ਘਾਟਾ ਪੈ ਰਿਹਾ ਖੇਤ ਦਾ, ਪਰ ਜੇ ਮੌਸਮ ਜਿੱਦਾਂ ਹੋਰ ਇੱਦਾਂ ਰਿਹਾ, ਮੌਸਮ ਬਦਲ ਗਿਆ, ਨਵੀਂ ਵੱਜ ਜਾਣੀ ਹੈ, ਫਿਰ ਝੋਨੇ ਦੇ ਵਿੱਚ ਮੌਚਰ ਨਹੀਂ ਜਾਣਾ, ਸਾਡਾ ਝੋਨਾ ਨਹੀਂ, ਫੇਬ ਨਹੀਂ ਖਰੀਦਣਾ ਹੈਗਾ। ਇਸ ਕਰਕੇ ਆ ਮਜ਼ਦੂਰ ਸਾਰੇ ਵਿਹਲੇ ਬੈਠੇ, ਦੇਖ ਲਓ ਕੈਮਰਾ ਘੁਮਾ ਕੇ ਦੇਖੋ, ਵਿਹਲੇ ਬੈਠੇ ਆ, ਇਹ ਵੀ ਬੈਠੇ ਸਾਰੇ ਰੋਣ ਲੱਗੇ ਆ। ਨਹੀਂ, ਅਸੀਂ ਸਰਕਾਰ ਨੂੰ ਅਲਟੀਮੇਟ ਪਹਿਲਾਂ ਸਾਡੀ ਕਿਸਾਨਾਂ ਦੀ ਮੀਟਿੰਗਾਂ ਲੀਡਰਾਂ ਨਾਲ ਹੋਈਆਂ, ਮੰਤਰੀਆਂ ਨਾਲ ਹੋਈਆਂ, DFSO ਨਾਲ ਮੀਟਿੰਗ ਸਾਡੀ ਹੋਈ ਆ। ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਵੀ ਅਸੀਂ 4 ਦਿਨ ਦੇ ਵਿੱਚ ਝੋਨੇ ਦੀ ਲਿਫਟਿੰਗ ਕਰਾਂਗੇ। ਇਹ ਅੱਜ ਤੋਂ ਹਫ਼ਤਾ ਇੱਕ ਪਹਿਲਾਂ ਦੀ ਗੱਲ ਵਾ, 9 ਤਰੀਕ ਦੀ। 9 ਤਰੀਕ ਨੂੰ ਸਾਨੂੰ ਉਹਨੇ ਲਿਖਤੀ ਰੂਪ ਦਿੱਤਾ ਸੀ, ਸਾਡੇ ਕੋਲ ਲਿਖਤੀ ਰੂਪ ਵਿੱਚ ਹੈਗਾ ਉਹ। ਉਹਦੇ ਵਿੱਚ ਇਹਨਾਂ ਨੇ ਕਿਹਾ 5 ਦਿਨ ਦੇ ਬਾਅਦ ਚੱਕਾਂਗੇ, ਅਸੀਂ ਆੜ੍ਹਤੀਆਂ ਨੂੰ ਮਨਾਇਆ, ਆੜ੍ਹਤੀ ਕਹਿੰਦੇ 7 ਦਿਨ 8 ਦਿਨ ਬਾਅਦ ਵੀ ਚੱਕ ਲਿਓ, ਅਸੀਂ ਖੁਸ਼ ਰਵਾਂਗੇ। ਪਰ 1 ਬੋਰੀ ਦੀ ਵੀ ਲਿਫਟਿੰਗ ਨਹੀਂ, ਆੜ੍ਹਤੀਆਂ ਵੀ ਦੁਖੀ ਹੋ ਗਿਆ, ਕਿਸਾਨ ਵੀ ਦੁਖੀ ਹੋ ਗਿਆ। ਅੱਜ ਸਾਡੀਆਂ ਝੋਨੇ ਦੀਆਂ ਟਰਾਲੀਆਂ ਘਰਾਂ 'ਚ ਭਰੀਆਂ, ਖੇਤਾਂ ਦੀਆਂ ਖੜੀਆਂ, ਤੇ ਬਾਕੀ ਕੰਬਾਈਨਾਂ ਬੰਦ ਹੋ ਗਈਆਂ, ਕਿਉਂਕਿ ਖਾਲੀ ਟਰਾਲੀਆਂ ਨਹੀਂ ਹੋ ਰਹੀਆਂ, ਕੰਬਾਈਨ ਕਿੱਥੇ ਚੱਲੂਗੀ ਜਾਂ ਮੰਡੀ ਝੋਨਾ ਨਹੀਂ ਉਤਰਿਆ। ਇਸ ਕਰਕੇ ਸਾਨੂੰ ਅੱਜ ਬਹੁਤ ਹੀ ਮਜਬੂਰ ਹੋ ਕੇ ਸਾਨੂੰ ਆ ਹਾਈਵੇ ਜਾਮ ਕਰਨਾ ਪਿਆ। ਅਸੀਂ ਆਮ ਪਬਲਿਕ ਕੋਲੋਂ ਮਾਫੀ ਮੰਗਦੇ ਆ ਹੱਥ ਜੋੜ ਕੇ, ਵੀ ਸਾਡਾ ਸ਼ੌਂਕ ਨਹੀਂ ਸੜਕ ਦੇ ਵਿੱਚ ਬੈਠਣ ਦਾ, ਅਸੀਂ ਬਹੁਤ ਮਜਬੂਰ ਹੋ ਗਏ, ਦੁਖੀ ਹੋ ਕੇ ਅੱਜ ਸੜਕ ਦੇ ਵਿੱਚ ਆਇਆ, ਕਿਉਂਕਿ ਸਰਕਾਰ ਨੇ ਸਾਡੇ ਨਾਲ ਕੀਤਾ ਧੋਖਾ। ਹਾਈਵੇ ਬੰਦ ਹੋਏ ਲਗਭਗ 1.5 ਘੰਟਾ ਹੋ ਗਿਆ ਜੀ। ਸਾਡੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ, ਵਾਅਦਾ ਕੀਤਾ ਵੀ 126 ਝੋਨਾ ਲਾਓ, ਅਸੀਂ ਖਰੀਦ ਕਰਾਂਗੇ, ਤਾਂ ਕਿ ਜਿਹੜਾ 126 ਝੋਨਾ ਆ ਬਹੁਤ ਘੱਟ ਪਾਣੀ ਖਰੀਦ। ਇਹ ਅਸੀਂ ਅਣਮਿੱਥੇ ਸਮੇਂ ਦਾ ਐਲਾਨ ਕੀਤਾ ਜੀ, ਜਦੋਂ ਕਿ ਸਾਨੂੰ ਸਰਕਾਰ ਅੱਜ ਹੀ ਉੱਥੋਂ ਮੰਡੀ 'ਚੋਂ ਲਿਫਟਿੰਗ ਨਹੀਂ ਸ਼ੁਰੂ ਕਰਦੀ, ਅਸੀਂ ਉਦੋਂ ਤੱਕ ਨਹੀਂ ਉੱਠਣਾ ਚਾਹ ਰਹਾ, 1 ਦਿਨ 2 ਦਿਨ ਜਾਂ 3 ਦਿਨ ਲੱਗਣ ਜੀ। ਅਸੀਂ ਆਮ ਲੋਕਾਂ ਤੋਂ ਜਿਹੜੇ ਦੁਖੀ, ਕੋਈ ਮਰੀਜ਼ ਵੀ ਆਉਂਦੇ ਆ, ਐਂਬੂਲੈਂਸ ਵੀ, ਸਾਰਿਆਂ ਤੋਂ ਮਾਫੀ ਮੰਗਦੇ ਹੱਥ ਜੋੜ ਕੇ, ਸਾਨੂੰ ਅਸੀਂ ਬਹੁਤ ਮਜਬੂਰ ਹੋ ਗਏ ਜੀ। ਵੀ ਦੇਖੋ, ਮੈਂ ਜਨਰੈਲ ਸਿੰਘ, ਜਨ ਸ਼ਕਤੀ ਆਪਣੇ ਜ਼ਿਲ੍ਹਾ ਜਲੰਧਰ ਕਰਦੀ ਹਾਂ। ਮੈਂ ਕਿਸਾਨਾਂ ਨੂੰ ਸਾਰਿਆਂ ਨੇ ਅਸੀਂ ਜਾਣੀ ਕਿ ਜਿਹੜਾ ਹੁਣ ਧਰਨਾ ਲਾਇਆ, ਜਿਹੜਾ ਪਹਿਲਾਂ ਅਸੀਂ ਸਾਡੀਆਂ ਫਲੋਰ ਮੀਟਿੰਗਾਂ ਹੋਈਆਂ ਸੀ, ਉਸ ਤੋਂ ਬਾਅਦ ਚੇਅਰਮੈਨ ਮਾਰਕੀਟ ਕਮੇਟੀ ਔਰ ਸਾਰੇ ਉੱਥੇ ਪੈਲਰਾਂ ਵਾਲੇ ਤੇ ਕਿਸਾਨ ਉੱਥੇ ਸੀਗੇ, ਤੇ ਉਸ ਤੋਂ ਬਾਅਦ ਜਿਹੜਾ ਅਸੀਂ ਜਲੰਧਰ ਗਏ ਹਾਂ, 5 ਆੜ੍ਹਤੀਏ ਤੇ 5 ਕਿਸਾਨ, DFSO ਨਾਲ ਉੱਥੇ ਮੀਟਿੰਗ ਹੋਈ ਆ, ਉਹਨਾਂ ਨੇ DC ਸਾਹਿਬ ਨਾਲ ਹੋ ਗਈ ਮੀਟਿੰਗ, ਲੇਕਿਨ ਇਹਨਾਂ ਨੇ ਵਾਅਦਾ ਕੀਤਾ ਸੀ ਅਸੀਂ ਉਹਨਾਂ ਨੇ ਵਾਅਦਾ ਕੀਤਾ ਸੀ ਅਸੀਂ ਜਿਹੜਾ ਝੋਨੇ ਦੇ ਵਿੱਚ 5 ਦਿਨਾਂ ਦੇ ਵਿੱਚ ਕਰਾਂਗੇ, ਲੇਕਿਨ ਉਸ ਤੋਂ ਬਾਅਦ 10 ਦਿਨ ਲੱਗ ਗਏ ਆ, ਮੰਡੀਆਂ ਝੋਨੇ ਨਾਲ ਭਰੀਆਂ ਪਈਆਂ ਆ, ਰੱਖਣ ਵਾਸਤੇ ਹੈ ਨਹੀਂ ਕਿਤੇ ਵੀ, ਲੇਕਿਨ ਜਿਹੜਾ ਝੋਨਾ ਉਸ ਤੋਂ ਬਾਅਦ ਚੱਕਿਆ ਨਹੀਂ ਗਿਆ। ਇਸ ਕਰਕੇ ਮੇਰੀ ਬੇਨਤੀ ਆ, ਸਰਕਾਰ ਨੂੰ ਵੀ ਬੇਨਤੀ ਆ, ਸੈਂਟਰ ਸਰਕਾਰ ਨੂੰ ਵੀ ਬੇਨਤੀ ਆ, ਔਰ ਜਿਹੜੇ ਇਹਦੇ ਨਾਲ ਸੰਬੰਧਿਤ ਜਿਹੜੇ ਅਫਸਰ ਸਾਹਿਬਾਨ ਆ, DC ਸਾਹਿਬ ਆ, ਔਰ ਸਾਡੇ ਫਲੋਰ ਦੇ ਐਸਡੀਐਮ ਸਾਹਿਬ, ਸਾਰਿਆਂ ਨੂੰ ਬੇਨਤੀ ਆ, ਜਲਦੀ ਜਲਦੀ ਜਿਹੜੀ ਝੋਨੀ ਲਿਫਟਿੰਗ ਕੀਤੀ ਜਾਵੇ, ਤਾਂ ਕਿ ਜਿਹੜਾ ਜਲਦੀ ਜਲਦੀ ਜਿਹੜਾ ਝੋਨਾ ਖੇਤਾਂ ਵਿੱਚ ਹੀ ਪੱਕ ਕੇ ਇੰਨਾ ਜ਼ਿਆਦਾ ਪੱਕ ਗਿਆ ਕਿ ਉਹ ਮੁੜ ਕੇ ਥੱਲੇ ਧਰਤੀ ਨਾਲ ਲੱਗਿਆ। ਤੇ ਸਾਰਾ ਕੁਛ ਜਿਹੜਾ, ਜੇ ਕਿਸਾਨ ਆ ਤੇ ਆੜ੍ਹਤੀ ਆਇਆ, ਕਿਸਾਨ ਆ ਤੇ ਸੈਲਰਾਂ ਵਾਲੇ ਆ, ਜੇ ਕਿਸਾਨ ਆ ਤੇ ਮਜ਼ਦੂਰ ਆ, ਔਰ ਜੇ ਜਿਹੜਾ ਕਿਸਾਨ ਸੱਪਾਂ ਸਿਰੀਆਂ ਬੈਠ ਕੇ ਅਨਾਜ ਪੈਦਾ ਕਰਦਾ, ਲੇਕਿਨ ਸਾਰੀਆਂ ਸੰਗਤਾਂ ਵਾਸਤੇ, ਔਰ ਕਿੱਦਾਂ ਜਿਹੜਾ ਪਸ਼ੂਆਂ ਨੂੰ ਪੱਠੇ ਪਾਉਂਦਾ, ਗੋਹਾ ਚੱਕ ਕੇ ਜਿਹੜਾ ਦੁੱਧ ਪੀ ਲਈ ਭੇਜਦਾ, ਲੇਕਿਨ ਕਿਸਾਨ ਦੀ ਕਦਰ ਨਹੀਂ ਕੀਤੀ ਜਾਂਦੀ। ਮੈਂ ਤਾਂ ਇਹ ਜਲਦੀ ਤੋਂ ਜਲਦੀ ਜਿਹੜੀ ਆ ਝੋਨੇ ਦੀ ਲਿਫਟਿੰਗ ਹੋਵੇ, ਜਿਹੜਾ ਝੋਨਾ ਮੰਡੀ ਚੱਕਿਆ ਜਾਵੇ, ਸੈਲਰਾਂ 'ਚ ਜਾ ਕੇ ਲੱਗੇ, ਜਿੱਥੇ ਜਾਂ ਸਰਕਾਰ ਹੋਰ ਕੋਈ ਜਗ੍ਹਾ ਦੇਵੇ ਉੱਥੇ ਜਾ ਕੇ ਝੋਨਾ ਲੱਗੇ। ਇਹ ਕੰਮ ਸਰਕਾਰਾਂ ਦੇ ਆ, ਜ਼ਿਮੀਦਾਰ ਦਾ ਕੰਮ ਹੈ ਪੈਦਾ ਕਰਨਾ, ਉਹਨੂੰ ਸੰਭਾਲਣਾ ਸਰਕਾਰ ਦਾ ਕੰਮ ਆ, ਚਾਹੇ ਉਹਨੂੰ ਲਿਜਾ ਕੇ ਜਿੱਥੇ ਮਰਜ਼ੀ ਸੁੱਟਣ, ਜਿੱਥੇ ਮਰਜ਼ੀ ਰੱਖਣ, ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ, ਪੰਜਾਬ ਸਰਕਾਰ ਦੀ ਔਰ ਸੈਂਟਰ ਸਰਕਾਰ ਦੀ। ਮੈਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਹਰਜੀਤ ਸਿੰਘ, ਮੰਡੀ ਬਲਾਕ ਪ੍ਰਧਾਨ ਫਲੌਰ। ਸਾਡਾ ਮੁੱਦਾ ਹੈ ਕਿ ਝੋਨੇ ਦੀ ਕੋਈ ਵੀ
ना तो तलाई हो रही है ना छनाई हो रही है ना भराई हो रही है। झोना मंडिया च ब्लॉक हो गया आ जिहड़ा झोना पहले पिछले दिन तुलिया आ उहदे भी बोरियां दे वड्डे वड्डे अंबार लग गए आ। आड़तियां को झोना सटाउण लई भी जगह नहीं हैगी, बहुत बुरे हालात आ। हुण आड़तियां ने ते सैलर मालकां ने हड़ताल करती आ 20 तरीक तक कि असीं झोने का दाणा भी नहीं सटाउणा मंडी च। उहदा कारण इह आ कि एक्चुअली उहनां कोल जगह ही है नहीं मंडियां च, ਇਹ ਤੋਂ ਨਾ ਕਿੱਥੇ ਸਟਾਂ ਉਹ ਵੀ ਮਜਬੂਰ ਆ। ਇਹ ਅਣਮਿੱਥੇ ਸਮੇਂ ਲਈ ਜਾਮ ਕੀਤਾ ਗਿਆ ਜੀ, ਜਦੋਂ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਇਹ ਧਰਨਾ ਕਿਸਾਨ ਮਜ਼ਦੂਰ ਤੇ ਆੜ੍ਹਤੀ ਜਥੇਬੰਦੀਆਂ ਵੱਲੋਂ ਕੀਤਾ ਗਿਆ ਜੀ, ਸਾਂਝਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਗਿਆ। ਨਹੀਂ ਜੀ ਹਜੇ ਤੱਕ ਕੋਈ ਸਾਡੇ ਕੋਲ ਨਹੀਂ ਪਹੁੰਚਿਆ, ਜੇ ਪਹੁੰਚਿਆ ਵੀ ਸਾਡੀ ਮੰਗ ਉਹੀ ਆ ਕਿ ਅਸੀਂ ਹੁਣ ਟਸ ਤੋਂ ਮਸ ਨਹੀਂ ਹੋਣਾ ਹੈਗਾ। ਸਾਨੂੰ ਲੋਲੀਪੌਪ ਬਹੁਤ ਦੇ ਲਿਆ ਸਰਕਾਰ ਨੇ, ਹੁਣ ਨਹੀਂ ਸਾਡਾ ਕੋਈ ਹੱਲ ਨਹੀਂ ਹੈਗਾ। ਜਿੰਨਾ ਚਿਰ ਪੂਰਾ ਹੱਲ ਨਹੀਂ ਹੁੰਦਾ शुरू होनी जरूरी है जी, यार बोरियां चक हो जाना पड़ गया, चढ़ाई शुरू हो जाएगी फिर अं चलना चक।